ਇਹਨਾਂ ਵਿੱਚੋਂ ਕਿਹੜਾ ਆਰਟਿਸਟ ਜੱਟ ਜੇਮਸ ਬੌਂਡ ਮੂਵੀ 'ਚ ਨਹੀਂ ਸੀ? ਮੇਰੀ ਆਵਾਜ਼ ਨਹੀਂ ਆ ਰਹੀ, ਇੱਕ ਮਿੰਟ। ਬਿਲਕੁਲ ਸਹੀ ਜਵਾਬ। ਸੋ ਲੱਗੇ ਤੁੱਕਾ ਲਾਇਆ, ਸੱਚੀ। ਗਲਤ ਜਵਾਬ, ਗਲਤ ਜਵਾਬ, ਗਲਤ ਜਵਾਬ। स्वागत है भाई। अज साडे शो च पहुंची है पंजाबी हॉरर मूवी गुड़िया दी स्टार कास्ट। ओ गुड़िया जिन्हू देख के एक बार तुहाडियां चीकां तां जरूर निकलियां होणियां, पर तो गुड़िया इन्नी प्यारी हो सकती है तुसी इमेजिन भी नहीं किया होना। तो इस सस्पेंस नूं तोड़दे हुए मैं इनवाइट करन जा रही हूँ जी गुड़िया दी स्टार कास्ट नूं। सो प्लीज़ वेलकम सावन उपोवारी एंड युवराज हंस। सत श्रीकाल जी, की हाल चाल ने? ठीक हो? सत श्रीकाल जी, की हाल चाल ने तुहाडे? आ देखिया मैं क्या सी ना, ए ने जी ओ गुड़िया। बहुत प्यारे लग रहे हो तुसी। ओ सॉरी, बहुत प्यारे, बहुत ज़्यादा सोहने लग रहे। तुसी बहुत ज़्यादा नहीं, बट तुसी ज़्यादा सोहने लग रहे। युवराज सब तो ज्यादा सुन रहे हैं, सब तो ज्यादा बढ़िया लग रही। और तो की हाल चाल है थोड़े? बहुत बढ़िया। सो पहले युवराज नु मैं कहनी हां मुबारक है युवराज, तुम विनर हो। टाइम टाइम की गल है, टाइम टाइम की गल है। आज मुझे फीलिंग, मैं पहला भी कह रहा हूं, मुझे फीलिंग आ रही है आज मेरा कम हो जाना, मैं हारूंगा। सो लेट्स होप फॉर द बेस्ट एंड ऑल द बेस्ट टू यू गुड़िया। यो गुड़िया, मैं तुहानू दोहां नू रिक्वेस्ट करूंगी कि तुसी लाल महाराज जी दे सामने जाके अपनी पोजीशंस ले लो ताकि आपां गेम नू अगे वधाईए। वैसे मैं पहली बार देख रही हूं कि ये एक दूसरे नू क्या पहले ही मन्ने बैठे ने कि असीं हारांगे ही हारांगे। ਅਸੀਂ ਇੱਕ ਦੂਜੇ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਜੀ ਜੀ ਬਿਲਕੁਲ। ਸੋ ਮੈਂ ਦਿਲੋਂ ਚਾਹਨੀ ਆ ਕਿ ਯੁਵਰਾਜ ਮੈਂ ਵੀ ਇਹ ਮੈਡਮ ਜਿੱਤਣ ਪਲੀਜ਼। ਪਰ ਦਿਲੋਂ ਇਹ ਚਾਹਦੇ ਨੇ ਆਏ ਕਿ ਮੈਂ ਦੂ ਜਿੱਤ ਕੇ ਦਿਖਾਈ ਜਾ ਰਹੀ ਹਾਂ। ਥੱਲੇ ਜਿਹੜਾ ਹੈਂਪਰ ਪਿਆ ਨਾ ਉਹ ਤਾਂ ਮੇਰੀ ਨਿਗਾਹ ਪਹਿਲੇ ਲੱਗ ਗਈ ਉੱਤੇ ਪਈ ਆ। ਹਾਂ ਇਹਨਾਂ ਨੇ ਚੀਜ਼ਾਂ ਦੇਖ ਲਈਆਂ ਹੈਂਪਰ। ਹਾਂ ਹੈਂਪਰ ਇਹਨਾਂ ਦਾ ਥੋੜਾ ਉਹ ਵੀ ਹੋਇਆ ਅਪਗ੍ਰੇਡ ਅੱਜ। ਚਲੋ ਆਪਾਂ ਦੋਨੇ ਇੱਕ ਚੀਜ਼ ਦੀ ਡੀਲ ਕਰ ਲੈਂਦੇ, ਜਿਹੜਾ ਜਿੱਤਿਆ ਉਹ ਦੂਜੇ ਨੂੰ ਉਹ ਵਾਲਾ ਗਿਫਟ ਦੇ ਦੂਗਾ। ਸ਼ੇਅਰ ਕਰ ਸਕਦੇ ਜਿੱਦਾਂ ਮੈਂ ਤਾਂ ਇਹਨੇ ਸ਼ੇਅਰ ਕੀਤਾ ਸੀ ਲਾਸਟ। ਠੀਕ ਹੈ, ਦੇ ਹੁਣ ਗੇਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਫਾਰਮੈਟ ਸਮਝਾ ਦਿੰਦੀ ਹਾਂ ਜੀ। ਇਹ ਸ਼ੋਅ ਦੇ ਵਿੱਚ ਤੁਹਾਡੇ ਤੋਂ ਟੋਟਲ 20 ਸਵਾਲ ਪੁੱਛੇ ਜਾਣਗੇ। ਪਹਿਲੇ 8 ਸਵਾਲ 5 ਪੁਆਇੰਟਸ ਲਈ ਹੋਣਗੇ, ਦੂਸਰੇ 8 ਸਵਾਲ 10 ਪੁਆਇੰਟਸ ਲਈ ਹੋਣਗੇ ਤੇ ਅਖੀਰਲੇ 4 ਸਵਾਲ 20 ਪੁਆਇੰਟਸ ਲਈ ਹੋਣਗੇ। ਓਕੇ, ਠੀਕ ਹੈ ਜੀ, ਫਾਰਮੈਟ ਕਲੀਅਰ ਹੈ? ਬਿਲਕੁਲ ਜੀ। ਟੋਟਲ 20 ਸਵਾਲ ਤੇ ਹੁਣ ਸ਼ੋਅ ਦੇ ਸਿੱਧੇ ਸਾਦੇ 4 ਰੂਲ। ਓਕੇ, ਪਹਿਲਾ ਰੂਲ, ਆਨਸਰ ਦੇਣ ਲਈ ਬਜ਼ਰ ਦਬਣਾ ਜ਼ਰੂਰੀ ਹੈ। ਮੇਰੀ ਆਵਾਜ਼ ਨਹੀਂ ਆ ਰਹੀ, ਇੱਕ ਮਿੰਟ। दूसरा रूल, जेड़ा पहला बजर दबेगा पहला जवाब देने का मौका भी उन्हें दिता जाएगा। तीसरा रूल, सिर्फ दो ही मौके दिए जाएंगे, फर्स्ट जेड़ा पहला बजर दबेगा, सेकंड जेड़ा सेकंड दे बजर दबेगा। चौथा रूल, मेरा सवाल खत्म होने तो पहला जे किसी ने भी एक्साइटमेंट चाके बजर दबता तो उठे जवाब देना पड़ना, नहीं तो कैंसिल होना, उठे ही उस सवाल जो आउट हो जाएगा। यस, तो नाल दी नाल जेड़ा मौका है नाल देते पास। अच्छा, इधर भी आ रहे हैं सारे रूल्स। सो आपा शुरू करेंगे साडे फर्स्ट राउंड नाल जिदा नाम है नॉन फिल्मी राउंड। नॉन फिल्मी राउंड, फिल्मी डन जी। 8 सवाल होंगे ते हर सही जवाब ते तुहानू 5 पॉइंट्स मिलेंगे। ठीक है, रेडी हो? रेडी रेडी रेडी। ऑल द बेस्ट तुहानू दोहां नू। हे वाहेगुरु, ऑल द बेस्ट, ऑल द बेस्ट, ऑल द बेस्ट। थैंक यू। पहला सवाल ਤੁਹਾਡਾ ਏਰੀਆ, ਕੱਖ ਭੰਨ ਕੇ ਦੂਰਾ ਨਾ ਕਰਨ ਦਾ ਮਤਲਬ ਕੀ ਹੈ? ਤੁਹਾਡੇ ਆਪਸ਼ਨਸ ਨੇ, ਸਵਾਲ ਰਿਪੀਟ ਕਰਾਂ। ਕੱਖ ਭੰਨ ਕੇ ਦੂਰਾ ਨਾ ਕਰਨ ਦਾ ਕੀ ਮਤਲਬ ਹੈ? ਹਾਂ ਠੀਕ ਹੈ, ਤੇ ਤੁਹਾਡੇ ਆਪਸ਼ਨਸ ਨੇ ਨਫ਼ਰਤ ਕਰਨਾ, ਵੇਲੇ ਰਹਿਣਾ ਜਾਂ ਖੂਬ ਲੁੱਟਣਾ। ਹਾਂਜੀ, ਵੇਲੇ ਰਹਿਣਾ। ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ। ਦੇਖੋ ਲੈ, ਇੱਕ ਤਾਂ ਇਹਨਾਂ ਨੇ ਪੂਰੀ ਆਰਾਮ ਦਾ, ਅੱਛਾ ਕੀ ਵਿਹਲੇ ਰਹਿਣਾ, ਐਡੀ ਆਰਾਮ ਨਾਲ ਪਹਿਲੀ ਵਾਰ ਕਿਸੇ ਨੂੰ ਬਜ਼ਰ ਦੱਬਦੇ ਦੇਖਿਆ? ਛੁਪੇ ਰਸਤਮ, ਛੁਪੇ ਰਸਤਮ ਯਾਰ, ਕੀ ਨਹੀਂ, ਪਹਿਲੇ ਆਪਣੇ ਆਪ ਨੂੰ ਸਾਬਿਤ ਕਰ ਦੋ, ਅਗਲੇ ਨੂੰ ਕਹਿ ਦੋ ਇਹ ਤਾਂ ਹਾਰ ਰਹੇ ਹਾਂ। ਨਹੀਂ 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 ਨਹੀਂ, ਮੈਂ ਤਾਂ ਦੱਸ ਗਿਆ, ਸੋ ਲਗੇ ਤੁੱਕਾ ਲਾਇਆ ਸੱਚੀ। ਚਲੋ ਅੱਗੇ ਅੱਗੇ, ਹਾਲੇ ਪਹਿਲਾ ਸਵਾਲ ਸੀਗਾ ਬਟ ਸ਼ਾਨਦਾਰ ਓਪਨਿੰਗ ਹੋਈ ਹੈ 5 ਪੁਆਇੰਟਸ ਦੇ ਨਾਲ। ਅਗਲਾ ਸਵਾਲ, ਇਹਨਾਂ ਵਿੱਚੋਂ ਕਿਹੜਾ ਸ਼ਹਿਰ ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਕੈਪੀਟਲ ਰਹਿ ਚੁੱਕਿਆ ਹੈ? ਅੱਛਾ, ਤੇ ਤੁਹਾਡੇ ਆਪਸ਼ਨਸ ਨੇ ਲੁਧਿਆਣਾ, ਜਲੰਧਰ ਜਾਂ ਬਠਿੰਡਾ। ਹਾਂਜੀ, ਲੁਧਿਆਣਾ, ਜਲੰਧਰ ਜਾਂ ਬਠਿੰਡਾ।
ਲੁਧਿਆਣਾ ਜਲੰਧਰ ਜਾਂ ਬਠਿੰਡਾ ਲੁਧਿਆਣਾ ਗਲਤ ਜਵਾਬ ਸੈਕੰਡ ਆਪਸ਼ਨ ਤੁਹਾਡੇ ਕੋਲ ਜਾਂਦਾ ਲੁਧਿਆਣਾ ਜਲੰਧਰ ਜਾਂ ਬਠਿੰਡਾ ਚਲੋ ਲੁਧਿਆਣਾ ਤਾਂ ਹੁਣ ਉਹੀ ਹੋ ਗਿਆ ਹਾਂ ਜਲੰਧਰ ਜਾਂ ਬਠਿੰਡਾ ਜਵਾਬ ਦੇ ਦਿਓ ਕੁਝ ਹਾਂ ਕੀ ਕੀ ਜਲੰਧਰ ਪੱਕਾ ਹਾਂ ਸਹੀ ਜਵਾਬ ਹੈ ਵੈਰੀ ਗੁੱਡ ਇੰਨਾ ਵਾ ਤਾਂ ਸੋਚਿਆ ਤੂੰ ਯਾਰ ਮੇਰਾ ਆਪਣਾ ਸ਼ਹਿਰ ਮੈਨੂੰ ਨਹੀਂ ਪਤਾ 1947 ਤੋਂ ਲੈ ਕੇ 1953 ਤੱਕ ਜਲੰਧਰ ਪੰਜਾਬ ਦੀ ਰਾਜਧਾਨੀ ਦੇਖੋ ਹੁਣ ਨਲੈਕਾਂ ਨੂੰ ਇਦਾਂ ਦਾ ਸਵਾਲ ਪੁੱਛੂਗੀ ਮੈਨੂੰ ਇਸ ਬਾਰੇ ਨਹੀਂ ਸੀ ਪਤਾ ਮੈਂ ਸੀਰੀਅਸਲੀ ਤੁੱਕਾ ਅਗੇਨ ਤੁੱਕਾ ਸੌਰੀ ਜਲੰਧਰ ਵਾਲਿਓ ਤੁੱਕਾ ਵੀ ਸਹੀ ਥਾਂ ਤੇ ਜਾ ਕੇ ਲੱਗਾ ਨਲਾਇਕੀ ਤੇ ਮੈਨੂੰ ਮਾਫ ਕਰ ਦੇ ਜੋ ਹੋ ਸਕੇ ਅਗਲਾ ਸਵਾਲ ਜੀ ਥੋੜਾ ਡਿਫਿਕਲਟ ਹੋ ਸਕਦਾ ਪਰ ਨਹੀਂ ਮੈਨੂੰ ਪੂਰਾ ਭਰੋਸਾ ਹੈ ਤੁਹਾਡੇ ਤੁੱਕੇ ਸਹੀ ਜਾਣਗੇ ਮੈਨੂੰ ਪੂਰਾ ਭਰੋਸਾ ਤੁਸੀਂ ਸਹੀ ਜਵਾਬ ਦਿਓਗੇ ਜੀ ਬਿਲਕੁਲ ਸਵਾਲ ਹੈ ਸਵੱਛ ਸਰਵੇਖਣ 2023 ਦੇ ਅਕੋਰਡਿੰਗ ਇੰਡੀਆ ਦੀ ਸਭ ਤੋਂ ਕਲੀਨ ਸਿਟੀ ਕਿਹੜੀ ਹੈ ਤੇ ਤੁਹਾਡੇ ਆਪਸ਼ਨਸ ਨੇ ਥੋੜੇ ਦਿਨ ਪਹਿਲੇ ਆਪਸ਼ਨਸ ਵੀ ਨੇ ਇੰਦੌਰ ਸੂਰਤ ਜਾਂ ਅੰਬਿਕਾਪੁਰ ਹਾਂਜੀ ਇੰਦੌਰ ਬਿਲਕੁਲ ਸਹੀ ਜਵਾਬ ਯੈਸ ਨਹੀਂ ਜੀ ਮੈਨੂੰ ਉੱਥੇ ਪਤਾ ਸੀ ਮੈਂ ਮੈਨੂੰ ਨਹੀਂ ਬਾਈ ਗੋਡ ਮੈਂ ਭਾਈ ਨੇ ਦੇਖਿਆ ਪਰ ਇਹ ਕਹਿ ਪਰ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਮੈਨੂੰ ਪਤਾ ਹੈ ਬਹੁਤ ਲੇਟ ਹੈ ਇਹ ਗਲਤ ਬਾਤ ਆ ਮੇਰੀ ਸਰ ਇਹ ਨਹੀਂ ਸਰ ਚੀਟਿੰਗ ਨਹੀਂ ਹਾਂ ਚੀਟਿੰਗ ਬਤਾਇਆ ਚੀਟਿੰਗ ਨਹੀਂ ਵੀ ਚੀਟਿੰਗ ਨਹੀਂ ਪਿੱਛੇ ਸੇ ਕੋਈ ਚੀਟਿੰਗ ਨਹੀਂ ਰਿਹਾ ਬਟ ਮੈਨੂੰ ਸੀਰੀਅਸਲੀ ਓਨੈਸਟ ਬਟ ਆਪਕੋ ਪਤਾ ਗੁੜੀਆ ਯਹਾਂ ਪੇ ਵੀ ਦੇਖ ਰਹੀ ਹੋ ਨਾ ਗੁੜੀਆ ਕੋ ਇਧਰ ਸੇ ਦਿਖਤਾ ਹੈ ਮੈਂ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਨਿਊਜ਼ ਚ ਆਇਆ ਸੀਗਾ ਪੜਿਆ ਸੀ ਬਹੁਤ ਲੇਟੈਸਟ ਹੈ ਹਾਂ ਸ਼ੁਕਰ ਹੈ ਕੋਈ ਨਾ ਸੁਗਾ ਪਲੀਜ਼ ਬਿਲਕੁਲ ਸਹੀ ਜਵਾਬ ਦੇ ਕੇ ਖਾਤਾ ਖੁੱਲ ਚੁੱਕਿਆ ਹੈ 5 ਪੁਆਇੰਟਸ ਹਾਏ ਬਸ ਹੁਣ ਕੋਈ ਟੈਨਸ਼ਨ ਨਹੀਂ ਜ਼ੀਰੋ ਤੋਂ ਮਾਰਦਾ ਉਹ ਬੇਸਿਕ ਵਾਲਾ ਹੋ ਗਿਆ ਅਗਲਾ ਸਵਾਲ ਮਾਝੇ ਏਰੀਆ ਦੇ ਵਿੱਚ ਕਿੰਨੇ ਡਿਸਟ੍ਰਿਕਟ ਸ਼ਾਮਿਲ ਨੇ ਹਾਂ ਆਪਸ਼ਨ ਤੋਂ ਤੁਹਾਡੇ ਆਪਸ਼ਨਸ ਨੇ 6 ਡਿਸਟ੍ਰਿਕਟ 5 ਡਿਸਟ੍ਰਿਕਟ ਮਾਨਾ ਤਾਂ ਕਈ ਆ 4 ਡਿਸਟ੍ਰਿਕਟ ਕਿੰਨੇ 6 5 ਜਾਂ 4 ਹੁਣ ਤੁੱਕਾ ਹੀ ਮਾਰਨਾ ਪੈਣਾ ਓਏ ਛੇ ਚਾਰ ਜਾਂ 5 ਵਾਹਿਗੁਰੂ ਮੈਨੂੰ ਪਤਾ ਨਹੀਂ ਗਾ ਤੁੱਕਾ ਮਾਰਦਾ ਇਹ 6 ਆ ਇਹ 4 ਹੈ 5 ਆ ਏ ਬੀ ਸੀ ਡੀ ਈ ਐਫ ਜੀ ਐਚ 6 4 4 ਸਹੀ ਜਵਾਬ ਹੈ ਵੈਰੀ ਗੁੱਡ ਇਹ ਐਕਚੁਅਲੀ ਰਿਦਾਨ ਮੇਰੇ ਲਈ ਹਮੇਸ਼ਾ ਲੱਕੀ ਹੁੰਦਾ ਮੈਂ ਜਦੋਂ ਕਿਸੇ ਕਨਫਿਊਜ਼ਨ 'ਚ ਹੁੰਦਾ ਨਾ ਜਦੋਂ ਪਤਾ ਨਹੀਂ ਹੁੰਦਾ ਮੈਂ ਏ ਬੀ ਸੀ ਕਰਕੇ ਨਾ ਇੱਦਾਂ ਦੋਵੇਂ ਆਪਸ਼ਨ ਰੱਖ ਕੇ ਐਚ ਐਚ ਤੋਂ ਸ਼ੁਰੂ ਹੁੰਦਾ ਉਹਦਾ ਰਿਦਾਨ ਦਾ ਔਰ ਡੈਡ ਦਾ ਵੀ ਨਾਮ ਐਚ ਤੋਂ ਹਮੇਸ਼ਾ ਐਚ ਤਾਂ ਇੱਦਾਂ ਏ ਬੀ ਸੀ ਕਰਦਾ ਜਦੋਂ ਐਚ ਆਉਂਦਾ ਉਹ ਹਮੇਸ਼ਾ ਸਹੀ ਹੁੰਦਾ ਵਾਓ ਸੋ ਅੱਜ ਵੀ ਦਿਲ ਐਚ ਤੇ ਆਇਆ ਕੀ ਬਾਤ ਹੈ ਤੇ ਉਹ 4 ਤੇ ਐਚ ਸੀਗਾ 4 ਕੀ ਵਾਓ ਵੈਰੀ ਨਾਈਸ ਆਈ ਲਵ ਯੂ ਰਿਦਾਨ ਆਈ ਲਵ ਯੂ ਹੰਸਰਾਜ ਜੀ ਵੈਰੀ ਨਾਈਸ ਕਿਆ ਬਾਤ ਹੈ ਬਹੁਤ ਸੋਹਣਾ ਤੁਸੀਂ ਐਗਜ਼ਾਮਪਲ ਯੈਸ ਉਹ ਕੀਤਾ ਸੀ ਨਾਲ ਹੀ 5 ਨੰਬਰ ਹੋਰ ਲੈ ਕੇ ਜਾ ਚੁੱਕੇ ਯੈਸ ਵੈਰੀ ਗੁੱਡ ਇਹ ਪਰ ਤੁੱਕਾ ਸੀ ਮੈਨੂੰ ਵੀ ਨਹੀਂ ਸੀ ਪਤਾ ਇਹ ਮੇਰਾ ਰੱਬ ਨੇ ਸਾਥ ਦਿੱਤਾ ਹਾਂ ਤੇ 4 ਜਿਹੜੇ ਡਿਸਟ੍ਰਿਕਟ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਤਰਨਤਾਰਨ ਦਾ ਦੱਸ ਅਗਲਾ ਸਵਾਲ ਯਾਨੀ ਕਿ 5ਵਾਂ ਸਵਾਲ ਸਕਰੀਨ ਤੇ ਹੋਏਗਾ ਓਕੇ ਇਹਦੇ ਚ ਬੇਸਿਕਲੀ ਤੁਹਾਨੂੰ ਇੱਕ ਆਬਜੈਕਟ ਦਿਖਾਇਆ ਜਾਊਗਾ ਤੁਸੀਂ ਉਸ ਆਬਜੈਕਟ ਦੇ 5 ਨੈਚੁਰਲ ਆਬਜੈਕਟ ਦੱਸਣੇ ਨੇ ਜਿਨ੍ਹਾਂ ਦਾ ਕੁਦਰਤੀ ਰੰਗ ਉਹੀ ਹੈ ਜਿਹੜਾ ਕਲਰ ਤੁਹਾਨੂੰ ਸਕਰੀਨ ਤੇ ਦਿਖਾਇਆ ਜਾਏਗਾ ਬਟ ਇਹਦੇ 'ਚ ਕੀ ਹੈ ਟਾਈਮ ਲਿਮਿਟੇਸ਼ਨ ਹੈ 30 ਸੈਕਿੰਡ ਦਾ ਟਾਈਮ ਮਿਲੂਗਾ ਤੇ ਸਿਰਫ ਇੱਕ ਹੀ ਜਣਾ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੇਗਾ ਉਹ ਜਵਾਬ ਦੇ ਸਕਦਾ ਠੀਕ ਹੈ ਜੀ ਬਜ਼ਰ ਦੱਬਦੇ ਹੀ ਤੁਹਾਡਾ ਟਾਈਮਰ ਸ਼ੁਰੂ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਉਹ ਕਲਰ ਹੈ ਸਾਵਨ ਐਪਲ ਚੈਰੀ ਆਵੇ ਹਜੇ ਵੀ ਮਿਸ ਹੋ ਰਿਹਾ ਯਾਰ ਹਜੇ ਵੀ ਮਿਸ ਹੋ ਰਿਹਾ ਯਾਰ ਆਵੇ ਆ ਦੇਖੋ ਹੁਣ ਟੋਮੈਟੋ ਕਿੰਨੇ ਦੱਸਣੇ ਸਟ੍ਰਾਬੇਰੀ ਬਿਲਕੁਲ ਸਹੀ ਜਵਾਬ ਵੈਰੀ ਗੁੱਡ ਹੁਣ ਇਹਦੇ 5 ਪੁਆਇੰਟਸ ਤੁਹਾਨੂੰ ਜਾਂਦੇ ਨੇ ਵੈਰੀ ਗੁੱਡ ਤੇ ਹੁਣ 3 ਸਵਾਲ ਬਾਕੀ ਨੇ ਇਸ ਰਾਊਂਡ ਦੇ 6th ਸਵਾਲ ਹੈ ਇੰਡੀਆ ਦੀ ਸਭ ਤੋਂ ਹੌਟੈਸਟ ਸਿਟੀ ਕਿਹੜੀ ਹੈ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਜੈਸਲਮੇਰ ਬੀਕਾਨੇਰ ਜਾਂ ਸ਼੍ਰੀ ਗੰਗਾਨਗਰ ਜੈਸਲਮੇਰ ਜੈਸਲਮੇਰ ਪੱਕਾ ਗਲਤ ਜਵਾਬ ਜੈਸਲਮੇਰ ਹੀ ਲੱਗ ਰਿਹਾ ਸੀ ਯਾਰ ਗੰਗਾਨਗਰ ਕਿੱਥੇ ਹੋਇਆ ਗੰਗਾਨਗਰ ਸ਼੍ਰੀ ਗੰਗਾਨਗਰ ਵੀ ਹੈਗਾ ਸ਼੍ਰੀ ਗੰਗਾਨਗਰ ਮੇਰਾ ਪਾਣੀ ਸ਼ੂਟ ਹੋਇਆ ਉੱਥੇ ਪਾਣੀ ਜੋ ਜਿਹੜਾ ਚਿੱਟਾ ਚਿੱਟਾ ਸਿਸਟਮ ਸਾਰਾ ਡੰਪਿੰਗ ਯਾਰਡ ਆ ਉੱਥੇ
तुक्का ही मारना पैना फिर बीका ने। गलत जवाब। सही जवाब है श्री गंगानगर। है जी हाँ, जिथों का टेंपरेचर 50 डिग्री सेल्सियस तो भी अप जाता है। अच्छा यार, लग गया सी। ओके चलो ठीक है, चलो हम अगला सवाल। पॉइंट्स किसी को भी नहीं मिलेंगे क्योंकि सही जवाब सानू नहीं, सरेआम नहीं मिलेंगे किसी को भी। यूपीआई च, यूपीआई पेमेंट वाला ना? हाँ जी हाँ जी। ओदे च जेड़ा यू है ओदा की मतलब है? तो तुहाडे ऑप्शंस ने यूनिटी, यूनिक या यूनिफाइड। हाँ जी यूनिक। गलत जवाब। अरे ऑप्शंस दसो। यूनिटी ते यूनिफाइड। अच्छा गलत जवाब इतना खुश हो के दिन ना, मैं पहले ही खुश हो जाता ना। गलत जवाब। यूनिफाइड। यूनिफाइड सही जवाब। बिल्कुल सही जवाब। मारा तुक्का सी ना। बिल्कुल झूठ नहीं बोलना, झूठ नहीं बोलना। एक मिनट, मैं झूठ नहीं बोलना। मैं थोड़ा दिमाग लाया कि यूनिक नहीं हो सकता तो यूनिफाइड हो सकता। यूनिक नहीं हो सकता। हाँ तो यूनिफाइड है बेसिकली, यूपीआई का पूरा मतलब है यूनिफाइड पेमेंट इंटरफेस। ओके। और इसी के साथ आपको मिलते हैं 5 points. 5 points. तेरी और सच। Very good. ते हुण इस राउंड दा लास्ट सवाल फिर तो स्क्रीन ते होएगा। स्क्रीन ते तुहानू एक डिश दिखाई जाऊगी। सोचते ही मुंह में पानी आ गया। उस डिश च पैण वाले तुसी 5 ingredients दसने ने। ओके। शेफ साहब इन्हां नाल कंपटीशन किवें करदे? 30 सेकंड दे विच विच। तुसी भी खाना अच्छा बनाउंदे हो। आओ जी। ठीक है जी, 30 सेकंड का टाइमर है ते सिर्फ एक ही जना जवाब दे सकदा है ते वो डिश है। हाँ जी, पहला युवराज जी ने दबाया। हाँ जी, थोड़ा टाइम शुरू हो गया। हाँ जी, बेसन। हाँ जी, दही। हाँ जी, कितने दसने हैं? 5। बेसन, दही, जीरा। हाँ जी, लून। हाँ जी, मिर्च। दही भी सिगा मिर्च ते हुण पॉइंट्स कुछ इस तरह ने। सावन जी तुसी लीड कर रहे हो विद 20 पॉइंट्स। बोनस राउंड वाल। बोनस राउंड बेसिकली एक टास्क करना पड़ेगा। ओ टास्क कंप्लीट करने के लिए 30 सेकंड का टाइम मिलेगा। टास्क है कि तुसी किसी भी अपने फ्रेंड नूं फोन करके उन्हां दे मूंहों टाइम टाइम दी गल बुलवाउणा है। टाइम टाइम दी गल बुलवाउणा है मतलब उन्हां दे मूंहों। हाले तुसी फोन नहीं करोगे युवराज जी? नहीं नहीं, मैं तो सोच टाइम शुरू हुंदे ही जेड़ा पहला बुलवाएगा की बुलवाना की है। टाइम टाइम दी गल ਉਹਨੂੰ ਕਹਿਣਾ ਬੋਲ ਟਾਈਮ ਟਾਈਮ ਦੀ ਗੱਲ। ਅੱਛਾ, ਉਹ ਜੇ ਬੋਲ ਦੂਗਾ ਨਾਲ ਦੇ ਨਾਲ ਜਿੱਤ ਗਿਆ ਜਿਹੜਾ ਜਿਹਦਾ ਫੋਨ ਹੈ। ਤੇ ਸਿੱਧਾ 30 ਪੁਆਇੰਟਸ ਮਿਲਣਗੇ। ਠੀਕ ਹੈ, ਸਿੱਧਾ ਜੰਪ ਕਰ ਸਕਦੇ ਹੋ ਤੁਸੀਂ। ਠੀਕ ਹੈ, ਮਤਲਬ ਜਿਹੜੇ ਵੀ ਜਿੱਤਣਗੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਨਾਓ। ਬੰਦਾ ਇੱਥੇ ਹੈ ਹੀ ਨਹੀਂਗਾ। ਮੈਂ ਆਪਣੇ ਮੈਨੇਜਰ ਸਾਹਿਬ ਨੂੰ ਕਹਤਾ, ਉਹ ਚੁੱਕ ਲੈਂਦਾ ਹੁੰਦਾ। ਨਹੀਂ, ਇੱਥੇ ਬੰਦਾ ਨਹੀਂ ਹੋਣਾ ਚਾਹੀਦਾ। ਉਹ ਇੱਥੇ ਨਹੀਂ ਹੋਣਾ ਚਾਹੀਦਾ, ਇੱਥੇ ਹੋਣਾ ਚਾਹੀਦਾ। ਪ੍ਰੇਮ, ਹਾਂ ਜੀ ਵੀਰੇ, ਪ੍ਰੇਮ ਜਲਦੀ ਬੋਲ, ਟਾਈਮ ਟਾਈਮ ਦੀ ਗੱਲ। बुलवा लिया और ਇਹਦੇ ਨਾਲ ਮੇਰੇ ਪੁਆਇੰਟਸ ਹੋ ਰਹੇ ਨੇ 45 ਸਿੱਧਾ 45 ਯੈਸ ਔਰ ਮੈਂ ਤੁਹਾਡੇ ਤੋਂ 15 ਪੁਆਇੰਟ ਅੱਗੇ ਹੋ ਗਿਆ ਸੌਰੀ 25 ਪੁਆਇੰਟ ਹਾਂ ਕੋਈ ਗੱਲ 25 ਪੁਆਇੰਟਸ ਦਾ ਅੱਗੇ ਹੋ ਚੁੱਕੇ ਨੇ ਬਹੁਤ ਹੋਣਾ ਦੇਖਿਓ ਤਾਂ ਸਹੀ ਹਾਂ ਲੈ ਟੈਨਸ਼ਨ ਨਹੀਂ ਲੈਣੀ ਕੁੜੀਏ ਜਿੱਤੇਗੀ ਮੁਕਾਬਲਾ ਬਹੁਤ ਲੰਬਾ ਬਾਕੀ ਹੈ ਅਭੀ 20 ਪੁਆਇੰਟ ਦੇ ਵੀ ਆਉਂਦਾ ਇੱਕ ਇੱਕ ਆਨਸਰ ਪਹਿਲਾਂ ਮੈਨੂੰ ਵੀ ਨਹੀਂ ਪਤਾ ਜਦੋਂ ਤੁਸੀਂ ਕਿਹਾ ਨਾ ਜੇ ਸਾਹਮਣੇ ਬੰਦਾ ਖੜਾ ਹੈਗਾ ਤੁਸੀਂ ਜਿਹੜਾ ਫੋਨ ਲਾ ਰਹੇ ਨਹੀਂ ਹੁਣ ਕੀ ਫਾਇਦਾ ਯਾਰ ਅਜੇ ਵੀ ਫੋਨ ਲਾਣ ਲੱਗ ਗਿਆ ਫੋਨ ਨਾਲ ਗਲਤੀ ਨਾਲ ਉਹਨਾਂ ਨੂੰ ਲੱਗ ਗਿਆ बट हर सवाल दे जवाब भी 10 पॉइंट्स मिलेंगे। ठीक है जी, तो तुहाडा पहला सवाल ए रहा, जॉर्डन संधू का डेब्यू सॉन्ग केड़ा है? हाँ जी, तो तुहाडे ऑप्शन सब तो पहला तुसी बज़र दब्या। तुहाडे ऑप्शन ने मुछपुट गबरू, तीजे वीक या हैंडसम जट्टा।
छेती जवाब देना है। मुछ फुट गबरू चे तो उदे च कंफ्यूज आ। पीछे क्या था लास्ट? तीजे भी या हैंडसम जट्टा यार? इतना टाइम हो गया। हां जी छेती छेती इस सवाल का फर्स्ट फर्स्ट वन की सिगा केड़ा मुछ फुट गबरू सही जवाब। ये तो मैंने भी पता सीगा, ये मैंने भी पता सीगा। सही जवाब है। 2015 च सॉन्ग आया सी, डेब्यू सॉन्ग सी उनका। वेरी गुड। तुसी जेडे सामने ने डर डर के वो किता मुछ फुट की गबरू नू ना, मेरा फेवरेट गाना सी। मैं इतना सुनया मेरी और जॉर्डन दी यारी हो तो ही सीगा जो मैं मेनू लगया गुत तेरी नाग बनन नु काली। हां मेनू बहुत शानदार सी गाना। ते हुन अगला सवाल, कुलविंदर बिल्ला दी डेब्यू मूवी केड़ी सी? सब तो पहला तुसी जिवें बसा दबया ऑप्शंस ने, प्रौणा, टेलीविजन या सूबेदार जोगिंदर सिंह? छेती छेती टेलीविजन। गला जवाब है इन्हां दा। हाँ जी केड़ी सी? प्रौणा ते सूबेदार जोगिंदर सिंह, दो ऑप्शन रह गए। प्रौणा। गलत जवाब, सूबेदार जोगिंदर सिंह उन्हां दी डेब्यू मूवी सी। ए पॉइंट्स भी नहीं मिलेंगे किसी नूं। पॉइंट पॉइंट कैंसिल हो गए। कैंसिल कैंसिल। अगला सवाल, गिप्पी गरेवाल दी बॉलीवुड डेब्यू आउट ऑफ, मेरा सवाल खत्म नहीं होया सी। नहीं होया। यस पूरा सवाल हैगा जी। गिप्पी गरेवाल दी बॉलीवुड डेब्यू मूवी केड़ी सी जी? मेनू पता सी तक दा वेट करना सी। तुसी ऑप्शंस दो जी। तुहाडे ऑप्शंस ने सेकंड हैंड हस्बैंड है? ऑप्शंस है मेनू पता है। सेकंड हैंड हस्बैंड, लखनऊ सेंट्रल या धर्म संकट में? लखनऊ सेंट्रल। गलत जवाब। सही नहीं होनो, नहीं दे सकते जवाब, वो आउट हो गए ने। ते इना दा सीगा असली जवाब तो दादू फिर। हां सही जवाब सीगा धर्म संकट में। 2015 च ए मूवी आई सीगी ते मनजीत मनचला दा करैक्टर सीगा उना दा। ओके ते तुहाडा अगला सवाल जी, इन्हां विचों केड़ा आर्टिस्ट जट जेम्स बॉन्ड मूवी च नहीं सी? ते तुहाडे ऑप्शंस ने गुरप्रीत कुग्गी, करमजीत अनमोल या बिनू ढिल्लो? कौन नहीं सी? हाँ जी जट जेम्स बॉन्ड च। हाँ जी बिनू ढिल्लो। हाँ बिल्कुल सही गल, ये तो मैंने सही जवाब है। बिनू भाजी जिस हिसाब से जिस एटीट्यूड ने इन्होंने कॉन्फिडेंस नाल कहा ना बिनू ढिल्लो। सही जवाब 10 पॉइंट्स। बिनू भाजी बिनू भाजी बिनू ढिल्लो बिनू ਤੇ ਦੇ ਨਾਲ ਹੀ 10 ਪੁਆਇੰਟਸ ਲੈ ਕੇ ਜਾ ਚੁੱਕੇ ਨੇ। ਹੋਰ 10 ਪੁਆਇੰਟਸ ਮਤਲਬ 10 ਪੁਆਇੰਟ ਰਹਿ ਗਏ ਹੋਰ ਬਸ ਫਰਕ। ਤੇ ਹੁਣ ਅਗਲਾ ਸਵਾਲ ਫੇਰ ਤੋਂ ਸਕਰੀਨ ਤੇ ਹੋਏਗਾ। ਯੈਸ ਸਕਰੀਨ ਤੇ ਤੁਹਾਨੂੰ ਇੱਕ ਅਲਫਾਬੈਟ ਦਿਖਾਇਆ ਜਾਊਗਾ, ਤੁਸੀਂ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ 5 ਪੰਜਾਬੀ ਫਿਲਮਾਂ ਦੇ ਨਾਂ ਦੱਸੋ। ਓਕੇ ਤੇ ਉਹ ਦੱਸਣ ਲਈ 30 ਸੈਕਿੰਡ ਦਾ ਹੀ ਟਾਈਮ ਦਿਓ। ਤੇ ਉਹ ਅਲਫਾਬੈਟ ਹੈ, ਹਾਂਜੀ ਸਭ ਤੋਂ ਪਹਿਲਾਂ ਤੁਸੀਂ ਵਜ਼ਰ ਦੱਬਿਆ जिन्हें मेरा दिल लुटिया, जिंदुआ, जिंदगी जिंदाबाद। ओ जेड जेड तो है, सॉरी सॉरी। आ हुणे एक मैं मूवी दसी यार, आ की गल हुई यार, आ दा एंकर ही चीटिंग करी जान दी यार। जग जीन जाने मेले जद वकील ही जुगनी हो गए। पांच नहीं नहीं पांच हो गए, पांच हो गए, नहीं नहीं चार 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 हुई है। छेती 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 यार टाइम तुम भी रखा करो। हां जी आ रहा ਕਿੰਨਾ ਜੱਗਾ ਜੱਟਾ ਹੋ ਗਿਆ ਫਿਨਿਸ਼ ਯਾਰ ਮੈਂ 5 ਦੱਸੇ ਆ ਯਾਰ 2 4 4 ਦੱਸੇ ਆ ਜੱਟ ਜੇਮਸ ਬੌਂਡ ਯਾਰ ਮੈਂ ਹੁਣੇ ਦੱਸ ਕੇ ਹਟੀ ਆ ਕੌਲੀਏ ਫੇਵਰੇਟ ਮੂਵੀ ਦਾ ਵੀ ਨਾਮ ਲੈ ਯਾਰ ਜੱਟ ਐਂਡ ਜੂਲੀਅਟ ਮੇਰੇ ਸਭ ਜੱਗਾ ਡਾਕੂ ਜੱਗ ਜਾਉਂਦਾ ਨੇ ਮਿਲਦੇ ਚਲੋ ਜਿਹਨੇ ਮੇਰੇ ਲੁੱਟਿਆ ਕੋਸ਼ਿਸ਼ ਕੀਤੀ ਤੁਸੀਂ ਬਟ ਸਕੇ ਬਟ ਠੀਕ ਹੈ ਕੋਈ ਗੱਲ ਨਹੀਂ ਕੋਈ ਚੱਲਦਾ ਰਹਤਾ ਹੈ ਚੱਲ ਹੋ ਅੰਦਰੋਂ ਅੰਦਰ ਪੂਰੀ ਖੁਸ਼ੀ ਹੈ। ਕਿਉਂ ਨਹੀਂ ਖੁਸ਼ ਹੋਣਾ, ਮੈਨੂੰ ਚਿਪਸ ਮਿਲਨੇ ਆ, ਬਿਸਕੁਟ ਮਿਲਨੇ ਆ, ਜੂਸ ਮਿਲਣਾ ਆ, ਕਿੰਨਾ ਖੁਸ਼ ਹੈ। ਹੋਰ ਕੀ ਉਂਗਲਾ ਤੇ ਨਹੀਂ ਕਰ ਸਕਦੇ ਆਪਾਂ। ਫਿਰ ਕੋਈ ਗੱਲ ਨਹੀਂ ਅਗਲੇ ਸਵਾਲ ਵੱਲ ਵੱਧਦੇ ਆ। ਬਿਲਕੁਲ ਅਗਲਾ ਸਵਾਲ ਇੱਕ ਡਾਇਲੋਗ ਹੈ ਪਹਿਲਾਂ, ਜਿਹਨੂੰ ਇਹ ਨਹੀਂ ਪਤਾ ਕਿ ਭੰਗੜਾ ਪਾਈਦਾ ਕਿ ਭੰਗੜਾ ਕਰੀਦਾ, ਉਹਨੇ ਸਵਾਹ ਜਿੱਤਣਾ ਹੈ। ਇਹ ਡਾਇਲੋਗ ਕਿਹੜੀ ਮੂਵੀ ਦਾ ਹੈ? ਕਿਹੜੀ ਫਿਲਮ ਦਾ ਹੈ ਤੇ ਬੋਲਿਆ ਮੈਂ ਬਿਲਕੁਲ ਐਂਡ ਤੇ ਠੀਕ ਹੈ ਅਸ਼ਕੇ ਸਹੀ ਜਵਾਬ।
ਬੁਰਰਾ ਵੀ ਮੇਰੀ ਆ ਯਾਰ ਮਤਲਬ ਵੀ ਮੇਰੀ ਆ ਤੇ ਮੈਨੂੰ ਪਤਾ ਹੋਣਾ ਚਾਹੀਦਾ ਉਹਦੇ ਡਾਇਲੌਗ ਤੇ ਇਸ ਦੇ ਨਾਲ ਹੀ 10 ਪੁਆਇੰਟ ਲੈ ਕੇ ਜਾ ਚੁੱਕੇ ਨੇ ਅਸ਼ਕੇ ਚਲੋ ਜਿੱਤ ਗਿਆ ਜੀਤ ਕੇ ਕਰੀਬ ਬੜਤੇ ਹੋਏ ਹੁਣ ਅਗਲਾ ਸਵਾਲ ਇਹ ਰਿਹਾ ਕੈਰੀ ਓਨ ਜੱਟਾ ਚ ਬਿੰਨੂ ਢਿੱਲੋਂ ਦੇ ਕਰੈਕਟਰ ਦਾ ਕੀ ਨਾਮ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਹਨੀ ਢਿੱਲੋਂ ਗੋਲਡੀ ਢਿੱਲੋਂ ਜਾਂ ਸਿਕੰਦਰ ਢਿੱਲੋਂ ਨਹੀਂ ਇੰਨਾ ਟਾਈਮ ਨਹੀਂ ਹੈਗਾ ਛੇਤੀ ਦੱਸਣਾ ਤੁਸੀਂ ਜਵਾਬ ਮੈਨੂੰ ਤਾਂ ਇੰਨੇ ਪਤਾ ਹਨੀ ਢਿੱਲੋਂ ਗੋਲਡੀ ਢਿੱਲੋਂ ਜਾਂ ਸਿਕੰਦਰ ਢਿੱਲੋਂ ਇੰਨਾ ਬੜਾ ਢਿੱਲੋਂ ਨੇ ਕੋਈ ਜ਼ਿਆਦਾ ਨਹੀਂ ਸੋਚਣਾ ਇੰਨਾ ਟਾਈਮ ਨਹੀਂ ਮਿਲਦਾ ਹੁੰਦਾ ਵੈਸੇ ਗੋਲਡੀ ਢਿੱਲੋਂ ਗੋਲਡੀ ਢਿੱਲੋਂ ਦੇ ਹੀ ਗਏ ਸਹੀ ਜਵਾਬ ਬਿਲਕੁਲ ਸਹੀ ਜਵਾਬ ਮਿਲੇਗਾ ਤੇ ਉਹ ਆਰਟਿਸਟ ਨੇ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਦਿਲਜੀਤ ਭਾਜੀ ਹਾਂਜੀ ਦੀਨੋ ਫਿਰ ਕਿਵੇਂ ਦੌੜ ਦੂ ਕੇ ਤੇਰਾ ਮੇਰਾ ਨਾਰੀ ਉਹ ਲੱਕ 28 ਕੁੜੀ ਦਾ 47 ਵੇੜ ਕੁੜੀ ਦਾ ਇੱਕ ਨਹੀਂ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ ਉਹ ਯਾਰ ਫਿਲਮ ਦਾ ਨਾ ਨਾ ਉਹ ਯਾਰ ਉਹ ਕਿਰਨ ਖੇਰ ਜੀ ਵਾਲੀ 1984 ਹਾਂ ਪੰਜਵਾਂ ਆ ਹੁਣੇ ਕਿੰਨੇ ਆਏ ਨੇ ਕਿੰਨੀ ਤੂੰ ਕਿੰਨੀ ਤੇ ਤੀ 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 ਕਿੰਨੀ ਡਨ ਕਿੰਨੀ ਸੋਹਣੀ ਕਿੰਨੀ ਤੇ ਤੂੰ ਕਿੰਨੀ ਕਿੰਨੀ ਇਸੇ ਦੇ ਨਾਲ ਹੀ 10 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਜੀ ਭਾਈ ਦਾ ਆਪਾਂ ਫੈਨਸ ਆ ਸੋ ਪਤਾ ਨਾ ਤਾਉਣਾ ਉਹਨਾਂ ਦਾ ਪਤਾ ਉਹਨਾਂ ਬਾਰੇ ਕੋਈ ਨਾਈਸ ਉਹਨਾਂ ਦੇ ਤਾਂ ਯਾਦ ਹੀ ਰਹਿੰਦੇ ਨੇ ਉਂਗਲਾਂ ਤੇ ਗਾਣੇ ਤੇ ਹੁਣ ਆਪਾਂ ਵੱਧਦੇ ਆ ਲਾਸਟ ਜੈਕਪੋਟ ਰਾਉਂਡ ਵੱਲ ਚਾਰ ਸਵਾਲ ਹੋਣਗੇ ਚਾਰੇ ਦੇ ਚਾਰੇ ਸਵਾਲ ਸਕਰੀਨ ਤੇ ਹੋਣਗੇ ਤੇ ਹਰ ਸਹੀ ਜਵਾਬ ਲਈ ਤੁਹਾਨੂੰ 20 ਪੁਆਇੰਟਸ ਮਿਲਣਗੇ ਪਹਿਲਾਂ ਸਕੋਰ ਹੋਣ ਦੇ ਦੱਸੋ ਓਕੇ ਦੱਸਣ ਦੀ ਕੀ ਲੋੜ ਆ ਯੁਵਰਾਜ ਜੀ ਨੇ ਨਹੀਂ ਥੋੜਾ ਪਤਾ ਲੱਗਾ ਨਾ ਯਾਰ ਰਿਲੈਕਸ ਹੋਣਾ ਕਿ ਹਜੇ ਵੀ ਟੈਨਸ਼ਨ ਤੇ ਰਹਿਣਾ ਤੇ ਇਸ ਰਾਉਂਡ ਤੋਂ ਬਾਅਦ ਜਿਹੜੇ ਪੁਆਇੰਟਸ ਨੇ ਉਹ ਕੁਝ ਇਸ ਤਰ੍ਹਾਂ ਨੇ ਯੁਵਰਾਜ ਜੀ ਤੁਸੀਂ ਲੀਡ ਕਰ ਰਹੇ ਹੋ ਵਿਦ 65 ਪੁਆਇੰਟਸ ਤੇ ਸਾਵਨ ਜੀ ਤੁਹਾਡੇ 50 ਪੁਆਇੰਟਸ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਵਾਜ਼ ਸੁਣਾਈ ਜਾਊਗੀ ਤੁਸੀਂ ਗੈਸ ਕਰਨਾ ਹੈ ਕਿ ਉਹ ਕਿਹਦੀ ਆਵਾਜ਼ ਹੈ ਤੇ ਗੈਸ ਕਰਨ ਲਈ 20 ਪੁਆਇੰਟਸ ਮਿਲਣਗੇ ਤੇ ਦੱਸਣ ਲਈ ਮਿਲਣਗੇ 30 ਸੈਕਿੰਡ ਓਕੇ ਤੇ ਉਹ ਆਡੀਓ ਹੈ ਅਮਰਿੰਦਰ ਭਾਅ ਜੀ ਨੇ ਬਿਲਕੁਲ ਹੀ ਮਤਲਬ ਸਾਰੀ ਚੀਜ਼ਾਂ ਤੋਂ ਇੰਨੇ ਅਵੇਅਰ ਰਹਿੰਦੇ ਕਿ ਜਦੋਂ ਉਹਨਾਂ ਨੂੰ ਆ ਵੀ ਪੁੱਛੋ ਸਰ ਗੁਰ ਮਹਿਤਾ 20 ਪੁਆਇੰਟਸ ਇਹਨੇ ਜਿੱਤ ਜਾਣਾ ਯਾਰ ਅਗਲਾ ਸਵਾਲ ਉਹਦੇ 'ਚ ਇੱਕ ਗਾਣੇ ਦਾ ਸਕਰੀਨਸ਼ਾਟ ਤੁਹਾਨੂੰ ਦਿਖਾਇਆ ਜਾਊਗਾ ਤੇ ਤੁਸੀਂ ਗੈਸ ਕਰਨਾ ਹੈ ਕਿ ਕਿਹੜਾ ਸੌਂਗ ਹੈ 30 ਸੈਕਿੰਡ ਦਾ ਟਾਈਮ ਮਿਲੇਗਾ ਤੇ ਉਹ ਸਕਰੀਨਸ਼ਾਟ ਹੈ ਹਾਂਜੀ ਸਭ ਤੋਂ ਪਹਿਲਾਂ ਯੁਵਰਾਜ ਜੀ ਨੇ ਹਾਂਜੀ ਚੱਲਿਆ ਬਿਲਕੁਲ ਸਹੀ ਜਵਾਬ ਇਸ ਦੇ ਨਾਲ ਹੀ 20 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਵੈਰੀ ਗੁੱਡ ਕੜੀ ਟੱਕਰ ਕਿੰਨੇ ਰਹਿ ਗਏ ਸਵਾਲ ਹੋਰ ਦੋ ਹੁਣ ਤੁਹਾਨੂੰ ਸਕਰੀਨ ਤੇ ਇੱਕ ਮੂਵੀ ਦਾ ਨਾਮ ਉਲਟ ਪੁਲਟ ਕਰਕੇ ਦਿਖਾਇਆ ਜਾਊਗਾ ਓਕੇ ਤੇ ਤੁਸੀਂ ਉਹਨੂੰ ਸਿੱਧ ਪੁੱਧ ਕਰਕੇ ਦੱਸਣਾ ਹੈ ਆਪਣੀ ਪੰਜਾਬੀ ਫਿਲਮ ਕੀ ਹੈ ਹਾਂਜੀ ਪੰਜਾਬੀ ਫਿਲਮ ਹੀ ਹੋਏਗੀ ਤੇ ਉਹ ਮੂਵੀ ਹੈ ਹਾਂਜੀ ਤੁਹਾਡਾ ਟਾਈਮਰ ਸ਼ੁਰੂ ਹੋ ਚੁੱਕਿਆ ਨਹੀਂ ਇੱਧਰੋਂ ਹੀ ਦੇਖਣ ਤੇ ਪਤਾ ਲੱਗੇਗਾ ਤੁਹਾਨੂੰ ਅੱਜ ਕਿਤੇ ਨਹੀਂ
ਮੈਂ ਵੀ ਲੱਗਿਆ ਪਰ ਉਹ ਇਹ ਤਾਂ ਔਖੀ ਲੱਗ ਗਈ ਯਾਰ ਨਹੀਂ ਉਹ ਉਹ ਤੇਰੀ ਹਾਂਜੀ ਸੌਰੀ ਸੌਰੀ ਯਾਰ ਸੌਰੀ ਇਟਸ ਓਕੇ ਵੈਰੀ ਸੌਰੀ ਹਾਂਜੀ ਮੈਨੂੰ ਤਾਂ ਆ ਗਿਆ ਕੀ ਹੈ ਸ਼ਰੀਕ ਬਿਲਕੁਲ ਸਹੀ ਜਵਾਬ ਹੈ ਤੇ ਇਸੇ ਤਰ੍ਹਾਂ ਨਾਲ ਹੀ 20 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਲਾਸਟ ਸਵਾਲ ਰਹਿ ਗਿਆ ਹੁਣ ਤਾਂ ਮੈਂ ਫਿਰ ਸੌਂ ਹੀ ਜਾਣਾ ਲਾਸਟ ਸਵਾਲ ਰਹਿ ਗਿਆ ਹੁਣ ਮੈਨੂੰ ਬਜ਼ਰ ਦੀ ਲੋੜ ਮੈਂ ਗੱਲਾਂ ਕਰਦੀ ਕਰਦੀ ਮੈਂ ਲਾਣਾ ਮੈਂ ਇੱਥੇ ਪਹੁੰਚ ਜਾਣਾ ਮੈਂ ਇੱਥੇ ਆ ਗਈ ਇੱਥੇ ਆ ਸੌਰੀ ਯਾਰ ਮੈਂ ਮਜ਼ਾਕ ਕਰ ਰਿਹਾ ਤੁਸੀਂ ਮਾਈਂਡ ਨਹੀਂ ਕਰਨਾ ਮੇਰੀ ਵਿਸ਼ਿਸ਼ ਤੁਹਾਡੇ ਨਾਲ ਹੋਰ ਭਰਾਵਾ ਰਾਤੀ ਸੱਚੀ ਗੁੜੀਆ ਬਣ ਕੇ ਮੈਨੂੰ ਫਿਰ ਕਵੇ ਹੁਣ ਦੱਸ ਉੱਥੇ ਕੀ ਕਰਦਾ ਸੀਗਾ ਬਸ ਹੁਣ ਲਾਸਟ ਸਵਾਲ ਹੈ ਇਸ ਤੋਂ ਬਾਅਦ ਆਰੀਆ ਪਾਰ ਹੋ ਜਾਣਾ ਹੁਣ ਤੁਹਾਨੂੰ ਇੱਕ ਮੂਵੀ ਦਾ ਸਕਰੀਨਸ਼ਾਟ ਦਿਖਾਇਆ ਜਾਏਗਾ ਤੇ ਤੁਸੀਂ ਗੈਸ ਕਰਨਾ ਕਿ ਉਹ ਕਿਹੜੀ ਮੂਵੀ ਹੈ ਦਾ ਤੇ ਉਹ ਮੂਵੀ ਦਾ ਸਕਰੀਨਸ਼ਾਟ ਹੈ ਹਾਂਜੀ ਬੁਰੀ ਵਾਰੀਆ ਬਿਲਕੁਲ ਸਹੀ ਜਵਾਬ ਬਿਲਕੁਲ ਸਹੀ ਜਵਾਬ ਤੇ ਇਸ ਦੇ ਨਾਲ ਹੀ 20 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਕੀ ਬਾਤ ਹੈ ਹੁਣ ਵੈਸੇ ਕਿਤੇ ਨਾ ਕਿਤੇ ਮੁਬਾਰਕਾਂ ਯੁਵਰਾਜ ਮੁਬਾਰਕਾਂ ਜਿੱਤ ਗਏ ਦੇਖੋ ਕੱਦੂ ਕੱਟੇਗਾ ਕਿ ਸਭ ਮੇ ਬਟੇਗਾ ਟੈਨਸ਼ਨ ਨਾ ਲਓ ਮਿਲੇਗਾ ਸਭ ਕੁਝ ਮਿਲੇਗਾ ਸਭ ਕੁਝ ਮਿਲੇਗਾ ਬਟ ਹੁਣ ਮੈਂ ਚਾਹੁੰਦੀ ਕਿ ਵਿਨਰ ਅਨਾਉਂਸ ਕਰਨ ਤੋਂ ਪਹਿਲਾਂ ਇੱਕ ਤੋਂ ਸਵਾਲ ਨੇ ਤੁਹਾਡੇ ਕੋਲ ਡੂ ਯੂ ਨੀਡ ਟੂ ਅਨਾਉਂਸ ਦ ਵਿਨਰ ਆਈ ਡੋਨਟ ਹਾਂ ਤੁਮੇ ਕਰਨਾ ਪੜੇਗਾ ਮੁਝੇ ਹੈਲਪ ਵੀ ਤੋ ਦੇਣਾ ਹੈ ਯਹੀ ਹੈ ਯਾਰ ਹੁਣ ਮੈਂ ਹੀ ਬੋਲ ਦਿੰਦੀ ਹਾਂ ਸੋ ਵਿਨਰ ਐਂਡ ਦ ਵਿਨਰ ਇਜ਼ ਯੁਵਰਾਜ ਹੰਸ ਵਨ ਐਂਡ ਓਨਲੀ ਯੁਵਰਾਜ ਨੂੰ ਖੰਡੀ ਨਹੀਂ ਠੀਕ ਹੋਣ ਦੀ ਥੈਂਕ ਯੂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਟਾਈਮ ਟਾਈਮ ਦੀ ਗੱਲ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਜਿਹੇ ਕਲਾਕਾਰ ਨੂੰ ਇੰਨਾ ਮਾਣ ਬਖਸ਼ਿਆ ਪਰ ਤੁਹਾਨੂੰ ਇਹ ਮੰਨਣਾ ਪਊਗਾ ਕਿ ਥੋੜੀ ਟੱਕਰ ਵੀ ਸੀਗੀ ਹਾਂ ਬਿਲਕੁਲ ਬਿਲਕੁਲ ਇਹ ਮੈਂ ਚਾਹੁੰਦੀ ਹਾਂ ਤੁਸੀਂ ਸਾਂਭ ਕੇ ਰੱਖੋ ਇਹ ਸ਼ਬਦ ਆਪਦੇ ਮੈਂ ਇੱਥੇ ਬੁਲਾ ਕੇ ਤੁਹਾਡੇ ਤੋਂ ਸਪੈਸ਼ਲ ਉਹ ਕਰਵਾਉਂਗੀ ਬੁਲਵਾਉਂਗੀ ਹੋਰ ਬੋਲੂੰਗਾ ਨਾ ਕੁਛ ਹਾਂ ਉਹ ਤੋਂ ਪਹਿਲਾਂ ਮੇਰੇ ਕੁਝ ਸਵਾਲ ਨੇ ਤੁਹਾਡੇ ਦੋਹਾਂ ਤੋਂ ਜੀ ਅੱਛਾ ਜਦੋਂ ਗੁੜੀਆ ਸ਼ੂਟ ਕਰ ਰਹੇ ਸੀਗੇ ਤਾਂ ਸਭ ਤੋਂ ਰਿਸਕੀ ਤੇ ਸਭ ਤੋਂ ਫਨੀ ਪਾਰਟ ਕਿਹੜਾ ਸੀਗਾ ਇਹ ਮੂਵੀ ਦਾ ਤੁਸੀਂ ਦੋਹਾਂ ਰਿਸਕੀ ਵਾਲਾ ਤਾਂ ਇਹਨਾਂ ਵੱਲ ਹੀ ਸੀਗਾ ਪਾਰਟ ਸਾਰਾ ਆ ਰਿਸਕੀ ਸੀਗਾ ਅਸੀਂ ਲਾਈਕ ਉਹ ਰਿਸਕੀ ਰਿਗ ਦੇ ਨਾਲ ਜੋ ਤੁਸੀਂ ਹਾਰਨੈਸ ਵੇਅਰ ਕਰਦੇ ਹੋ ਅਤੇ ਉਹ ਉਲਟਾ ਹੁੰਦਾ ਜਦੋਂ ਹੋਣਾ ਹੁੰਦਾ ਹੈ ਸੋ ਉਲਟਾ ਹੋ ਕੇ ਇੱਕ ਸੀਨ ਸੀਗਾ ਕਿ ਬਿਲਕੁਲ ਉਲਟਾ ਹੋਣਾ ਅਤੇ ਮੇਰੀ ਕੋ ਐਕਟਰ ਸਾਹਮਣੇ ਸੀਗੀ ਅਤੇ ਉਹ ਲਾਈਕ ਆਪਣਾ ਟਾਈਮ ਲੈਂਦੇ ਆ ਲਾਈਫ ਮੈਨ ਠੀਕ ਹੈ ਫਿਰ ਸਾਰੀ ਚੀਜ਼ਾਂ ਡਾਇਰੈਕਟਰ ਐਵਰੀਥਿੰਗ ਆਰਟਿਸਟ ਉਲਟਾ ਹੋਇਆ ਹੁੰਦਾ ਆ ਸੋ ਉਹ ਬਹੁਤ ਟਾਈਮ ਲੱਗ ਜਾਂਦਾ ਚੀਜ਼ਾਂ ਨੂੰ ਤੂੰ ਇੰਨਾ ਰਿਸਕੀ ਸੀਗਾ ਨਾ ਤਾਂ ਮੈਨੂੰ ਮਤਲਬ ਕੁਛ ਵੀ ਲਾਈਕ ਆਈ ਫੀਲ ਲਾਈਕ ਮੈਨੂੰ ਇਹ ਲੱਗ ਰਿਹਾ ਸੀ ਮੈਨੂੰ ਚੱਕਰ ਆ ਜੂਗਾ ਮੈਂ ਡਿੱਗ ਜੂੰਗੀ ਪਰ ਉਹ ਬੜੀ ਦੇਰ ਮੈਨੂੰ ਹੋਲਡ ਕਰਕੇ ਰੱਖਣਾ ਪਿਆ ਸੀਗਾ ਤਾਂ ਉਹ ਮੇਰੇ ਲਈ ਬੜਾ ਰਿਸਕੀ ਮੂਮੈਂਟ ਸੀਗਾ ਜਦੋਂ ਮੈਨੂੰ ਉਲਟਾ ਲਟਕਾਇਆ ਸੀਗਾ ਅੱਜ ਗੁੜੀਆ ਅਤੇ ਹਾਸੇ ਵਾਲਾ ਦੇ ਦੱਸੋ ਹਾਸੇ ਵਾਲਾ ਕਿਹੜਾ ਐਕਚੁਅਲੀ ਇਹਨਾਂ ਦੇ ਸਾਰਾ ਹੀ ਆਲਮੋਸਟ ਇਹਨਾਂ ਦਾ ਜਿਹੜਾ ਸਾਵਨ ਹੋਰਾਂ ਦਾ ਕੰਮ ਸੀ ਨਾ ਉਹ ਮੋਸਟ ਆਫ ਦ ਟਾਈਮ ਰਿਸਕ ਵਾਲਾ ਹੁੰਦਾ ਕਿਉਂਕਿ ਕਦੀ ਵਿਚਾਰੀ ਨੂੰ ਬਿਲਡਿੰਗ ਤੋਂ ਉੱਪਰ ਟੌਪ ਤੇ ਖੜਾ ਕੇ ਥੱਲੇ ਆਉਣਾ ਇਹ ਉਹ ਭੂਤ ਫਿਰ ਉੜਨ ਦੀ ਸ਼ਕਤੀ ਹੁੰਦੀ ਨਾ ਉਹਨਾਂ 'ਚ ਜੋ ਉੜਨ ਵਾਸਤੇ ਉਹ ਰਿਗ ਰੁਗੇ ਉਹ ਬਟ ਹੈਟਸ ਆਫ ਟੂ ਹਰ ਕੁੜੀ ਇੰਨੀ ਹਿੰਮਤ ਵਾਲੀ ਸੀ ਨਾ ਸੱਚੀ ਭਾਅ ਜੀ ਆ ਕੇ ਕਹਿੰਦੇ ਸੀ ਨਾ ਜਾਂ ਐਕਸ਼ਨ ਵਾਲੇ ਵੀ ਕਹਿੰਦੇ ਸੀਗੇ ਕਿ ਮੈਮ ਆਪ ਕਰ ਲਵਾਂਗੇ ਕੋਈ ਇਹਨੇ ਉਹ ਕਹਿਣਾ ਨਹੀਂ ਨਹੀਂ ਮੈਂ ਇੱਕਦਮ ਰੈਡੀ ਹਾਂ ਕੋਈ ਟੈਨਸ਼ਨ ਹੀ ਨਹੀਂ ਚਲੋ ਕਰੀਏ ਹੈ ਨਾ ਕਦੀ ਵੀ ਗਿਵ ਅਪ ਜਾਂ ਕੁਇਟ ਨਹੀਂ ਸੀ ਕਰਦੇ ਸੋ ਇਹ ਬਹੁਤ ਵਧੀਆ ਗੱਲ ਆ ਵਾਹਿਗੁਰੂ ਇੱਦਾਂ ਹੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ ਫਨੀ ਤਾਂ ਅਸੀਂ ਸਾਰੇ ਫਨ ਕਰਦੇ ਰਹੇ ਬਹੁਤ ਜ਼ਿਆਦਾ ਫਨ ਕਰਦੇ ਫਨ ਤਾਂ ਰੋਜ਼ ਹੀ ਮਤਲਬ ਜਿਵੇਂ ਗੁੜੀਆ ਦੀ ਪਹਿਲੀ ਲੁੱਕ ਹਲੇ ਨਵੀਂ ਨਵੀਂ ਸੀ ਹਲੇ ਕਿਸੇ ਨੂੰ ਦਿਖਾਈ ਨਹੀਂ ਸੀਗੀ ਸੋ ਫਿਰ ਜਦੋਂ ਸੈੱਟ 'ਤੇ ਪਹੁੰਚੇ ਸੀਗੇ ਤਾਂ ਸਾਰੇ ਜਾਣੇ ਮਤਲਬ ਲਾਈਕ ਜਿਨ੍ਹਾਂ ਨੇ ਪਹਿਲੀ ਵਾਰ ਦੇਖਿਆ ਸੀਗਾ ਉਹ ਡਰ ਗਏ ਸੀਗੇ ਕੋਈ ਕੰਧ 'ਚ ਵੱਜ ਰਿਹਾ ਸੀ ਕੋਈ ਕਿੱਥੇ ਵੱਜ ਰਿਹਾ ਸੀਗਾ ਰੀਅਲੀ ਇੱਦਾਂ ਦਾ ਮਾਹੌਲ ਸੀਗਾ ਕਿ ਹਮਨੇ ਦੇਖਣਾ ਹੀ ਨਹੀਂ ਹੈ ਇਨਕੋ ਸੋ ਉਹ ਬਹੁਤ ਫਨ ਫਨੀ ਮੂਮੈਂਟ ਸੀਗਾ ਅਤੇ ਤੁਹਾਡੇ ਲਈ ਮੇਰੇ ਲਈ ਉਹੀ ਇੱਕ ਨਾ ਉੱਥੇ ਫਨੀ ਸੀਗਾ ਲਾਈਟ ਮੈਨ ਸੀਗਾ ਮੁੰਡਾ ਉਹ ਬਹੁਤ ਡਰਦਾ ਹੁੰਦਾ ਸੀ ਭੂਤਾਂ ਦੀਆਂ ਗੱਲਾਂ ਤੋਂ ਉੱਤੋਂ ਇਹ ਵੋ ਔਰ ਉਹਦੀ ਡਿਊਟੀ ਹਮੇਸ਼ਾ ਹੁੰਦੀ ਸੀ ਅੱਗੇ ਲਾਈਟ ਦੇ ਕੋਲ ਖੜ ਕੇ ਨਾ ਜਿੱਦਾਂ ਬਿਲਕੁਲ ਐਕਟਰਸ ਦੇ ਕੋਲ ਅਤੇ ਉਹ ਲਾਈਟ ਉਹ ਇੰਨਾ ਡਰ ਜਾਂਦਾ ਇਹ ਇੱਦਾਂ ਹੀ ਕਰਦੀ ਹੁੰਦੀ ਨਾਲ ਹੀ ਸੱਚੀ ਜਦੋਂ ਉਹਨੂੰ ਪਤਾ ਵੀ ਲੱਗ ਗਿਆ ਨਾ ਕਿ ਸੱਚੀ ਸਾਵਨ ਆ ਬਟ ਸਟਿਲ ਉਹ ਡਰੀ ਉਹ ਵਿਚਾਰਾ ਲਾਈਟ ਵੀ ਇੱਦਾਂ ਫੜਦਾ ਹੁੰਦਾ ਸੀਰੀਅਸਲੀ ਸੌਂ ਲੱਗੇ ਉਹ ਲਾਈਟ ਉਹਨੇ ਇੱਦਾਂ ਫੜ ਕੇ ਇਹਦੇ ਵੱਲ ਦੇਖਣਾ ਹੀ ਨਹੀਂ ਕਿ ਬਟ ਉਹ ਫਨੀ ਵੀ ਲੱਗਦਾ ਹੁੰਦਾ ਸੀ ਉਦੋਂ ਫਿਰ ਉਦਾਂ ਤਰਸ ਵੀ ਆਉਂਦਾ ਸੀ ਕਦੇ ਕਦੇ ਉਹਨੂੰ ਵਿਚਾਰੇ ਨੂੰ ਡਰਾ ਵੀ ਦਿੰਦੇ ਹੁੰਦੇ ਸੀ ਅਸੀਂ ਤੇ ਇਹ ਫਨੀ ਸੀ ਐਕਚੁਅਲ 'ਚ ਤੁਹਾਡੇ ਨਾਲ ਕਦੇ ਕੋਈ ਇਨਸੀਡੈਂਟ ਹੋਇਆ ਇਦਾਂ ਦਾ ਡਰਾਵਨਾ ਹਾਂ ਮੇਰੇ ਨਾਲ ਇੱਕ ਵਾਰੀ ਹੋਇਆ ਸੀ
ਹੋਇਆ ਸੀ ਇੱਕ ਵਾਰੀ ਇੱਕ ਵਾਰੀ ਹੋਇਆ ਬਸ ਬਚਪਨ ਚ ਬਚਪਨ ਚ ਤਾਂ ਨਹੀਂ ਕਹਿ ਸਕਦੇ ਮਤਲਬ ਆਲਮੋਸਟ ਟੀਨੇਜ ਓਕੇ ਕੀ ਸੀਗਾ ਉਹ ਹੁਣ ਤਾਂ ਦੱਸ ਸਕਦੇ ਨਾ ਉਦੋਂ ਨਹੀਂ ਸੀ ਦੱਸਦਾ ਹੁੰਦਾ ਮੈਂ ਐਕਚੁਅਲੀ ਉਦੋਂ ਅਸੀਂ ਤਾਂ ਨਹੀਂ ਸੀ ਦੱਸਦੇ ਕਿਉਂਕਿ ਗੁੜੀਆ ਦਾ ਪਹਿਲਾ ਓਪਨਿੰਗ ਸੀਨ ਹੀ ਹੋਆ ਉਹ ਚੁੜੇਲ ਭੱਜਦੀ ਇੱਦਾਂ ਨਾਲ ਨਾਲ ਉਹਦੇ ਟਰੱਕ ਦੇ ਪਰ ਮੇਰੇ ਕੋਲ ਤਾਂ ਗੱਡੀ ਸੀਗੀ ਮੈਂ ਔਰ ਮੇਰੇ ਦੋ ਦੋਸਤ ਉਹ ਹਜੇ ਵੀ ਗਵਾਹ ਹੈਗੇ ਆ ਜਿਉਂਦੇ ਜਾਗਦੇ ਗਵਾਹ ਅਤੇ ਜਦੋਂ ਅਸੀਂ ਪਿੰਡੋਂ ਮੇਰਾ ਨਾ ਬਰਥਡੇ ਕਰਕੇ ਜਾਂ ਕੁਛ ਕਰਕੇ ਆ ਰਹੇ ਸੀ ਰਾਤ ਦੇ ਡੇਢ ਦੋ ਵਜੇ ਸੀਗੇ ਅਤੇ ਇੱਦਾਂ ਹੀ ਪਿੰਡ 'ਚ ਸਾਡੀ ਕਾਰ ਜਾ ਰਹੀ ਅਸੀਂ ਮਸਤੀ ਕਰ ਰਹੇ ਗਾ ਰਹੇ ਹਾਂ ਗੱਲਾਂ ਕਰ ਰਹੇ ਹਾਂ ਅਤੇ ਇੱਕਦਮ ਮੈਨੂੰ ਦੂਜੀ ਜਿੱਦਾਂ ਪਿੰਡਾਂ 'ਚ ਤੁਹਾਨੂੰ ਪਤਾ ਖੇਤਾਂ 'ਚ ਇੱਧਰ ਖੇਤ ਹੁੰਦੇ ਇੱਧਰ ਕੱਤੇ ਹੁੰਦੇ ਵਿੱਚ ਸੜਕ ਨੋਰਮਲ ਸਿੰਗਲ ਸੜਕ ਹੁੰਦੀ ਉਹ 'ਚ ਜਾ ਰਹੇ ਰਾਤ ਨੂੰ ਅਤੇ ਇੱਕਦਮ ਮੈਨੂੰ ਇੱਦਾਂ ਲੱਗਾ ਜਿੱਦਾਂ ਗੱਡੀ ਦੇ ਨਾਲ ਕੋਈ ਦੌੜ ਰਿਹਾ ਇੱਦਾਂ ਵਾਈਟ ਜਾਂ ਇੱਦਾਂ ਬਟ ਉਹ ਦੇਖੇ ਇੱਦਾਂ ਸਾਡੇ ਵੱਲ ਦੇਖਿਆ ਨਹੀਂ ਉਹਨੇ ਜਿੱਦਾਂ ਉਹ ਫਿਲਮ 'ਚ ਤਾਂ ਦੇਖਦੀ ਆ ਨਾ ਉਹਦੇ ਵੱਲ ਉਹਨੇ ਦੇਖਿਆ ਨਹੀਂ ਉਹ ਦੌੜ ਰਹੀ ਦੌੜ ਰਹੀ ਦੌੜ ਰਹੀ ਦੌੜ ਰਹੀ ਮੇਰੀ 60-70 ਦੀ ਸਪੀਡ ਹੋਣੀ ਆ ਮਰੂਤੀ ਗੱਡੀ ਸੀ ਮੈਨੂੰ ਯਾਦ ਆ ਜੇ ਵੀ ਅਤੇ ਮੈਂ ਮੈਨੂੰ ਭਲੇਖ ਮੈਨੂੰ ਲੱਗਾ ਯਾਰ ਉਹ ਮੈਂ ਉਹਨੂੰ ਨਾਲ ਲਿਆ ਮੈਂ ਕਿਹਾ ਉਹ ਦੇਖੀ ਤੈਨੂੰ ਵੀ ਦਿਖ ਰਿਹਾ ਉਹ ਤਾਂ ਦੇਖਦਾ ਸੋਰੀ ਭਰਾਵਾ ਭਜਾ ਇੰਨਾ ਕਿਹਾ ਹੀ ਆ ਉਹਨਾਂ ਨੇ ਦੋਵਾਂ ਨੇ ਨਾਲੇ ਉਹ ਸਾਨੂੰ ਕ੍ਰੋਸ ਕਰਕੇ ਵੀ ਨਿਕਲ ਗਏ ਅੱਗੇ ਸੋ ਇੱਕ ਵਾਰੀ ਹੋਇਆ ਉਸ ਤੋਂ ਬਾਅਦ ਕਦੀ ਵੀ ਨਹੀਂ ਮੈਨੂੰ ਕਦੀ ਵੀ ਨਹੀਂ ਸੱਚੀ ਹੋਇਆ ਕੋਈ ਇੱਦਾਂ ਦਾ ਬਣਾਵਟੀ ਗੱਲ ਜਾਂ ਇਹ ਤਾਂ ਨਹੀਂ ਹੁਣ ਤਾਂ ਇਹ ਵੀ ਨਹੀਂ ਕਹਿਣਾ ਕਿ ਥੀਏਟਰ 'ਚ ਜਾ ਕੇ ਫਿਲਮ ਦੇਖੋ ਤਾਂ ਕਰਕੇ ਬਟ ਐਕਚੁਅਲ 'ਚ ਹੋਇਆ ਐਕਚੁਅਲ 'ਚ ਹੋਇਆ ਅੱਛਾ ਜਦੋਂ ਪਤਾ ਹੈ ਨਾ ਇੰਨਾ ਸਾਰੀ ਤੁਸੀਂ ਮਿਹਨਤ ਕੀਤੀ ਹੈ ਜਦੋਂ ਤੋਂ ਮੂਵੀ ਦਾ ਫਸਟ ਐਡਿਟ ਦੇਖਿਆ ਤੁਸੀਂ ਰਫ ਐਡਿਟ ਜੀ ਤਾਂ ਤੁਹਾਡਾ ਕੀ ਰਿਐਕਸ਼ਨ ਸੀਗਾ ਅਸੀਂ ਇਕੱਠੇ ਹੀ ਦੇਖਿਆ ਸੀਗਾ ਸਰ ਨੇ ਪ੍ਰੀਮੀਅਰ ਕੀਤਾ ਸੀਗਾ ਘਰ ਸਾਨੂੰ ਬੁਲਾਇਆ ਸੀਗਾ ਸੋ ਪਹਿਲੀ ਵਾਰੀ ਮੈਂ ਬਹੁਤ ਐਕਸਾਈਟਿਡ ਸੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਮੈਂ ਕਿੱਦਾਂ ਦੀ ਮਤਲਬ ਕਾਫੀ ਟਾਈਮ ਹੋ ਗਿਆ ਸੀ ਨਾ ਕਿ ਕਿਵੇਂ ਦੀ ਲੱਗ ਰਹੀ ਹਾਂ ਕਿੱਦਾਂ ਦਾ ਪਤਾ ਨਹੀਂ ਕਿਵੇਂ ਦਾ ਹੋਊਗਾ ਕਿਵੇਂ ਦੇ ਸਟੰਟ ਕੀਤੇ ਹੋਣਗੇ ਕਿ ਸੱਚੀ ਡਰ ਲੱਗਦਾ ਜਾਂ ਲੁੱਕ ਕਿਵੇਂ ਦੀ ਆ ਰਹੀ ਆ ਫਿਲਮ ਦੀ ਲੁੱਕ ਕੀ ਆ ਸਾਰੇ ਕਿਵੇਂ ਨੇ ਪੂਰੀ ਸਟੋਰੀ ਤਾਂ ਮੈਂ ਦੇਖੀ ਨਹੀਂ ਮੈਂ ਤਾਂ ਆਪਣਾ ਪਾਰਟੀ ਦੇਖਿਆ ਸੋ ਮੈਂ ਪੂਰੀ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਸੀਗੀ ਇੰਨੀ ਵਧੀਆ ਮਤਲਬ ਫਸਟ ਹਾਫ ਕਦੋਂ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ ਅਤੇ ਜਦੋਂ ਐਂਟਰੀ ਹੋਈ ਨਾ ਸੱਚੀ ਯੁਵਰਾਜ ਮੇਰੇ ਪਿੱਛੇ ਬੈਠੇ ਹੋਏ ਸੀਗੇ ਅਤੇ ਮੈਂ ਬਿਲਕੁਲ ਐਂ ਪਿੱਛੇ ਹੋ ਗਈ ਓ ਮਾਈ ਗੋਡ ਕੀ ਮੈਂ ਪਹਿਲੀ ਲੁੱਕ ਜਦੋਂ ਆਉਂਦੀ ਆ ਮਤਲਬ ਗੁੜੀਆ ਦੀ ਰਿਵੀਲ ਹੁੰਦੀ ਆ ਸੋ ਉਹ ਵਾਲਾ ਜਿਹੜਾ ਪੁਆਇੰਟ ਸੀਗਾ ਉਹ ਮੈਨੂੰ ਬਹੁਤ ਜ਼ਿਆਦਾ ਮਤਲਬ ਵਧੀਆ ਲੱਗਿਆ ਪਰ ਮੈਂ ਡਰੀ ਨਹੀਂ ਮਤਲਬ ਮੈਂ ਖੁਦ ਡਰ ਅਤੇ ਰਿਵਿਊਜ਼ ਕਿਵੇਂ ਕਿਵੇਂ ਦੇ ਆਏ ਲਾਈਕ ਜਦੋਂ ਮੂਵੀ ਰਿਲੀਜ਼ ਹੋਈ ਤਾਂ ਕੋਈ ਇਹੋ ਦਾ ਇਹੋ ਜਿਹਾ ਰਿਵਿਊ ਜਿਹੜਾ ਤੁਹਾਨੂੰ ਤੁਹਾਡੇ ਦਿਮਾਗ 'ਚ ਰੁਕ ਗਿਆ ਹੋਵੇ ਮਤਲਬ ਕੰਪਲੀਮੈਂਟ ਮੈਂ ਕਹਿ ਲਓ ਕਿ ਮਤਲਬ ਕੰਪਲੀਮੈਂਟ ਕਹਿ ਸਕਦੀ ਕਿਉਂਕਿ ਉੱਦਾਂ ਸਾਰੇ ਰਿਵਿਊ ਤਾਂ ਇੱਦਾਂ ਦੇ ਹੀ ਆਏ ਸੀਗੇ ਕਿ ਬਹੁਤ ਵਧੀਆ ਫਿਲਮ ਬਹੁਤ ਸੋਹਣਾ ਕਰੈਕਟਰ ਬਹੁਤ ਡਰਾਇਆ ਤੁਸੀਂ ਬਟ ਕਿਸੇ ਨੇ ਇੱਕ ਇੱਦਾਂ ਕਮੈਂਟ ਕੀਤਾ ਸੀਗਾ ਕਿ ਤੁਸੀਂ ਮਤਲਬ ਭੂਤ ਬਣ ਕੇ ਵੀ ਤੁਹਾਡੇ ਨਾਲ ਪਿਆਰ ਹੋ ਗਿਆ ਅਤੇ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕਿਹਾ ਕਿਆ ਬਾਤ ਹੈ ਇੰਨੀ ਡਰਾਵਨੀ ਲੁੱਕ ਨਾਲ ਵੀ ਲੋਕਾਂ ਨੂੰ ਜੇ ਪਿਆਰ ਹੋ ਜਾਵੇ ਤਾਂ ਇਹ ਬੜੇ ਵੱਡਾ ਕੰਪਲੀਮੈਂਟ ਆ ਸੋ ਥੈਂਕਸ ਟੂ ਫੈਨਸ ਕਿ ਉਹਨਾਂ ਨੂੰ ਇਹ ਕੰਪਲੀਮੈਂਟ ਕੀਤਾ ਕਿਆ ਬਾਤ ਸਹੀ ਹੈ ਅਤੇ ਹੁਣ ਮੈਂ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਮੇਰੇ ਕੋਲ ਆ ਜਾਓ ਜੀ ਬਿਲਕੁਲ ਗੁੜੀਆ ਜੀ ਬਹੁਤ ਡਰਾ ਲਿਆ ਤੁਸੀਂ ਲੋਕਾਂ ਨੂੰ ਸਾਡੇ ਅੱਜ ਦੇ ਇਹ ਸ਼ੋਅ ਦੇ ਜਿਹੜੇ ਵਿਨਰ ਨੇ ਕੌਣ ਹੋ ਸਕਦਾ ਔਰ ਯੁਵਰਾਜ ਜੀ ਪਲੀਜ਼ ਜਲਦੀ ਬੋਲੋ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਸਬਰ ਨਹੀਂ ਹੋ ਰਿਹਾ ਚਲੋ ਤੁਹਾਨੂੰ ਹੋਰ ਨਾ ਸਬਰ ਕਰਵਾ ਕੇ ਮੈਂ ਵਿਨਰ ਅਨਾਊਂਸ ਕਰ ਹੀ ਦਿੰਦੀ ਹਾਂ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਵਿਦ 105 ਪੁਆਇੰਟਸ ਯੁਵਰਾਜ ਹੰਸ ਤੇ ਸਾਵਨ ਜੀ ਤੁਹਾਨੂੰ ਮਿਲੇ 90 ਪੁਆਇੰਟ ਮੇਰੀ ਸਪੀਚ ਤਾਂ ਸੁਣੀ ਨਹੀਂ ਆ ਮੈਂ ਇੱਕ ਸੈਕਿੰਡ ਦੀ ਸਪੀਚ ਦੇ ਲੈਂਦਾ ਬਸ ਹਾਂਜੀ ਹਾਂਜੀ ਇਹ ਟਰੋਫੀ ਮੈਂ ਸਾਵਨ ਨਾਲ ਸ਼ੇਅਰ ਕਰਨੀ ਚਾਹੂੰਗਾ ਓ ਮਾਈ ਗੋਡ ਮੇਰੇ ਸਾਵਨ ਨੇ ਵੀ ਬਹੁਤ ਸਾਥ ਦਿੱਤਾ ਹੁਣ ਬੋਲ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਹਾਂਜੀ ਹਾਂਜੀ ਇਹਨਾਂ ਦੇ 90 ਪੁਆਇੰਟਸ ਤੇ ਵੈਲ ਪਲੇਡ ਸਾਵਨ ਥੈਂਕ ਯੂ ਸੋ ਮੱਚ ਬਹੁਤ ਜਦੋਂ ਜ਼ਹਿਰ ਭਰਿਆ ਮੁਕਾਬਲਾ ਰਿਹਾ ਤੇ ਕਿਵੇਂ ਦਾ ਲੱਗਿਆ ਖੇਡ ਕੇ ਨਹੀਂ ਬਹੁਤ ਮਜ਼ਾ ਆਇਆ ਦੁਬਾਰਾ ਖੇਡ ਕੇ ਬਹੁਤ ਮਜ਼ਾ ਆਇਆ ਬਹੁਤ ਮੈਂ ਤਾਂ ਫਸਟ ਟਾਈਮ ਆਈ ਸੀ ਮੈਂ ਬਹੁਤ ਜ਼ੋਰਾਂ ਦੱਸ ਵੀ ਰਿਹਾ ਸੀ ਮੈਂ ਕਿਹਾ ਪਹਿਲਾਂ ਵੀ ਸੀ ਕਿ ਬਹੁਤ ਫਨ ਲਵਿੰਗ ਗੇਮ ਆ ਬਹੁਤ ਬਹੁਤ ਮਜ਼ਾ ਆਇਆ ਲਾਸਟ ਟਾਈਮ ਤਾਂ ਥੋੜ੍ਹਾ ਤੋਂ ਐਕਸਟਰਾ ਸਵਾਲ ਵੀ ਪਾਏ ਸੀ ਨਾ ਯਾਰ ਸ਼ੋ ਖਤਮ ਕਰਨ ਦੇ ਨਹੀਂ ਆ ਰਹੇ ਸੀਗੇ ਤੇ ਕਹਿੰਦੇ ਹੋਰ ਪੁੱਛੋ ਹੋਰ ਪੁੱਛੋ ਹੋਰ ਪੁੱਛੋ ਨਹੀਂ ਬਟ ਬਹੁਤ ਗੱਲਾਂ ਇਹੋ ਜਿਹੀਆਂ ਕੁਐਸਚਨਸ ਇਦਾਂ ਦੇ ਸੀ ਜਿਹੜੇ ਸਾਨੂੰ ਨਹੀਂ ਸੀ ਪਤਾ ਔਰ ਬਹੁਤ ਕੁਝ ਸਿੱਖਣ ਨੂੰ ਵੀ ਸਿੱਖਣ ਨੂੰ ਰੀਅਲੀ ਐਕਚੁਅਲੀ ਉਹ ਜਿਹੜੇ ਜਨਰਲ ਨੌਲੇਜ ਵਾਲੇ ਉੱਥੋਂ ਤਾਂ ਫਿਰ ਸਮਝ ਵੀ ਆਉਂਦੀ ਕਿ ਯਾਰ ਹਾਂ ਯਾਰ ਹੁਣ ਦੇਖੋ ਉਹ ਸੱਚੀ ਮੈਂ ਕਨਫਿਊਜ਼ਡ ਸੀਗਾ ਕਨਫਿਊਜ਼ ਨਹੀਂ ਮੈਨੂੰ ਮੈਂ ਸ਼ੋਰ ਸੀ ਮੈਨੂੰ ਸੀਗਾ ਜੈਸਲਮੇਰ ਹੀ ਹੋਊਗੀ ਹੌਟੈਸਟ ਸਿਟੀ ਬਟ ਉਹ ਸ਼੍ਰੀਗੰਗਾਨਗਰ ਤੇ ਹੁਣ ਜਿਸ ਪਾਰਟ ਦਾ ਤੁਸੀਂ ਵੇਟ ਕਰ ਰਹੇ ਸੀ ਸਭ ਤੋਂ ਜ਼ਿਆਦਾ ਬਸ ਬਸ ਉਹ ਆ ਗਿਆ ਤਾਂ ਟਰੋਫੀ ਨਾ ਦਿੱਤੀ ਮੈਂ ਟੈਂਟਣ ਜੈਂਗਾ
गाइस मुबारकां। ए लो जी साडे विनर ली ए भी मैं तोहफा मेरी प्यारी प्यारी सब नाल शेयर करना चाहता हूं। जी बिल्कुल तोडी डील हो चुकी सी, ले आ मेनू फड़ा दो। पर एक एक मेनू ले लंदे बस। नहीं 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 चलो आ हल्दीराम दा पूजिया मेरा। बट नाइस बहुत गया। थैंक यू जी। आई होप के तुहानू भी बहुत मजा आया होना अज दा शो देख के। ते किते नहीं जाना, अगले शुक्रवार फिर तो शामी 5:30 बजे मिलते हैं सिर्फ पिटारा ते टाइम टाइम की गल्ल।